ਪੰਜਾਬੀ ਮੂਲ ਦੇ ਅਜੇ ਬੰਗਾ ਹੋਣਗੇ ਵਰਲਡ ਬੈਂਕ ਦੇ ਨਵੇਂ ਮੁਖੀ। ਦੇਖੋ ਕੌਣ ਹੈ ਅਜੇ ਬੰਗਾ। ਮੈਸਲੇ ਦੇ ਮੈਨੇਜਰ ਤੋਂ ਵਰਲਡ ਬੈਂਕ ਦੇ ਮੁਖੀ ਤੱਕ ਪੁੱਜਣ ਦਾ ਸਫ਼ਰ। ਸਤਿ ਸ੍ਰੀ ਅਕਾਲ ਜੀ, ਵਰਲਡ ਪੰਜਾਬੀ ਡਿਜੀਟਲ ਦੇਖ ਰਹੇ ਹੋ ਤੁਸੀਂ ਅਤੇ ਮੈਂ ਗੁਰਪ੍ਰੀਤ ਸਿੰਘ। ਵੱਡੀ ਖਬਰ ਪੰਜਾਬੀਆਂ ਲਈ ਹੈ ਅਤੇ ਵੱਡੀ ਖਬਰ ਸਿੱਖਾਂ ਲਈ ਵੀ ਹੈ। ਦੱਸ ਦਈਏ, ਮਾਸਟਰ ਕਾਰਡ ਦੇ ਸਾਬਕਾ CEO ਅਜੇ ਬੰਗਾ ਨੂੰ ਵਰਲਡ ਬੈਂਕ ਦਾ ਨਵਾਂ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਹੈ। ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀਰਵਾਰ ਨੂੰ ਕੀਤਾ ਗਿਆ ਕਿ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਬਣਾਉਣ ਲਈ। ਤਾਂ ਦੱਸ ਦਈਏ, ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹੋਣਗੇ ਉਹ ਜੇਕਰ ਉਹ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਬਣ ਜਾਂਦੇ ਨੇ। ਤਾਂ ਹੋਰ ਦੱਸ ਦਈਏ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਕਾਫੀ ਸੰਘਰਸ਼ ਵਾਲੀ ਅਤੇ ਮਿਹਨਤ ਵਾਲੀ ਅਤੇ ਇੰਸਪੀਰੇਸ਼ਨ ਵੀ ਹੈ। ਤੁਹਾਨੂੰ ਵੀ ਦੱਸਦੇ ਹਾਂ ਵੀ ਉਹ ਕਿਸ ਤਰੀਕੇ ਨਾਲ ਪੰਜਾਬ ਨਾਲ ਉਹਨਾਂ ਦਾ ਸੰਬੰਧ ਹੈ ਅਤੇ ਉਹਨਾਂ ਦਾ ਕਿੱਥੇ ਜਨਮ ਹੁੰਦਾ ਅਤੇ ਸਕਸੈਸ 'ਚ ਉਹਨਾਂ ਦੀ ਕਹਾਣੀ ਕੀ ਹੈ। ਦੱਸ ਦਈਏ, ਅਜੇ ਬੰਗਾ ਦਾ ਪੂਰਾ ਨਾਂ ਅਜੇਪਾਲ ਸਿੰਘ ਬੱਗਾ ਹੈ ਅਤੇ ਅਜੇ ਬੰਗਾ ਵਰਲਡ ਬੈਂਕ ਦੇ ਨਵੇਂ ਪ੍ਰਧਾਨ ਬਣ ਸਕਦੇ ਨੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਉਹਨਾਂ ਨੂੰ ਨਾਮਜ਼ਦ ਕੀਤਾ ਹੈ। ਪੂਰੀ ਗੱਲ ਜੇਕਰ ਕਰੀਏ ਤਾਂ ਉਹਨਾਂ ਦਾ ਜਨਮ 10 ਨਵੰਬਰ 1959 ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਖੜਕੀ ਵਿੱਚ ਹੋਇਆ ਸੀ। ਉਹਨਾਂ ਦਾ ਪਰਿਵਾਰ ਮੂਲ ਰੂਪ 'ਚ ਜਲੰਧਰ ਪੰਜਾਬ ਦਾ ਰਹਿਣ ਵਾਲਾ ਹੈ। ਹਾਲਾਂਕਿ ਉਹ ਹੁਣ ਇੱਕ ਅਮਰੀਕੀ ਨਾਗਰਿਕ ਨੇ। ਉਹਨਾਂ ਦੇ ਪਿਤਾ ਹਰਭਜਨ ਸਿੰਘ ਬੰਗਾ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਨਰਲ ਰਹਿ ਚੁੱਕੇ ਨੇ ਅਤੇ ਉਹਨਾਂ ਦੀ ਪਤਨੀ ਦਾ ਨਾਮ ਰਿਤੂ ਬੰਗਾ ਹੈ। ਉਹ ਹਿੰਦੁਸਤਾਨ ਯੂਨੀਲੀਵਰ ਦੇ ਸਾਬਕਾ ਚੇਅਰਮੈਨ ਮਨਵਿੰਦਰ ਸਿੰਘ ਬੰਗਾ ਦੇ ਭਰਾ ਵੀ ਨੇ। ਤਾਂ ਜੇਕਰ ਉਹਨਾਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਅਜੇ ਬੰਗਾ ਨੇ ਜਲੰਧਰ ਅਤੇ ਸ਼ਿਮਲਾ ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਹੈ ਅਤੇ DU ਤੋਂ MBA ਦੀ ਡਿਗਰੀ ਪ੍ਰਾਪਤ ਕੀਤੀ। ਉੱਥੇ ਜੇਕਰ ਗੱਲ ਕਰੀਏ ਤਾਂ IIM ਉਹਨਾਂ ਨੇ ਅਹਿਮਦਾਬਾਦ ਤੋਂ ਕੀਤੀ ਅਤੇ 1981 'ਚ ਨੈਸਲੇ ਇੰਡੀਆ 'ਚ ਉਹ ਮੈਨੇਜਮੈਂਟ ਟ੍ਰੇਨੀ ਵਜੋਂ ਸ਼ਾਮਲ ਹੁੰਦੇ ਨੇ ਅਤੇ 13 ਸਾਲਾਂ ਵਿੱਚ ਹੀ ਮੈਨੇਜਰ ਤੱਕ ਬਣ ਜਾਂਦੇ ਨੇ। ਅਜੇ ਬੰਗਾ ਉਸ ਭਾਰਤੀ ਅਮਰੀਕੀ ਪੀੜ੍ਹੀ ਨਾਲ ਸੰਬੰਧਿਤ ਨੇ ਜਿਸਨੇ ਭਾਰਤ ਵਿੱਚ ਪੜ੍ਹ ਕੇ ਅਮਰੀਕਾ ਵਿੱਚ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਤੁਹਾਨੂੰ ਦੱਸ ਦਈਏ, ਵਰਤਮਾਨ ਵਿੱਚ ਅਜੇ ਬੰਗਾ ਪ੍ਰਾਈਵੇਟ ਇਨਕੁਇਟੀ ਫੰਡ ਜਨਰਲ ਅਟਲਾਂਟਿਕ ਦੇ ਉਪ ਚੇਅਰਮੈਨ ਨੇ। ਭਾਰਤ ਵਿੱਚ ਪੀਜ਼ਾ ਹੱਟ KFC ਖੋਲ੍ਹਣ ਵਿੱਚ ਵੀ ਉਹਨਾਂ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ ਹੈ। ਬੰਗਾ 1996 ਵਿੱਚ ਸਿਟੀ ਗਰੁੱਪ ਦੇ ਮਾਰਕੀਟਿੰਗ ਮੁਖੀ ਬਣੇ। 2000 ਵਿੱਚ ਸਿਟੀ ਫਾਈਨੈਂਸ਼ੀਅਲ ਦਾ ਮੁਖੀ ਨਿਯੁਕਤ ਕੀਤਾ ਗਿਆ। 2009 ਵਿੱਚ ਮਾਸਟਰਕਾਰਡ ਦੇ CEO ਬਣੇ ਅਤੇ ਆਪਣੀਆਂ ਮਾਰਕੀਟਿੰਗ ਰਣਨੀਤੀਆਂ ਨਾਲ ਮਾਸਟਰਕਾਰਡ ਨੂੰ ਨੌਜਵਾਨਾਂ ਵਿੱਚ ਇੰਨਾ ਮਸ਼ਹੂਰ ਕਰ ਦਿੱਤਾ ਕਿ ਇਹ ਇੱਕ ਸਟੇਟਸ ਸਿੰਬਲ ਬਣ ਗਿਆ। ਬੰਗਾ ਨੂੰ 2016 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉੱਥੇ ਜਦੋਂ ਜੋ ਬਾਈਡਨ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਬੰਗਾ ਦਾ ਵੱਡੀਆਂ ਗਲੋਬਲ ਕੰਪਨੀਆਂ ਅਤੇ ਮੈਨੇਜਮੈਂਟ ਵਿੱਚ 3 ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਅਤੇ ਉਹ ਵਰਲਡ ਬੈਂਕ ਲਈ ਬਿਲਕੁਲ ਯੋਗ ਉਮੀਦਵਾਰ ਨੇ।